तस्वीरां जिला मानसा दे कस्बा सरदूलगढ़ दियां ने जिथे तस्वीरां च दिखाई दिंदे भोला राम दी इस बुजुर्ग माता ने भोले दे 1 करोड़ दे तोहफे नूं कूड़ा समझ के बाहर सुट दिता यानी कि कूड़े दे ढेर ते सुट्टिआंदा। दस दईए कि ओह तोहफा कुछ होर नहीं बल्कि भोले वल्लों पाई 6 रुपए की लाटरी की टिकट सी जो कि भोले ने कोरो लाटरी सेंटर ते पाई सी। दस दईए कि भोले वालों खर्चे उन्हां 6 रुपइयां ने भोले की रातों रात किस्मत बदल दिती है। भोले नूं 1 करोड़ का इनाम मिलिया है। दस दईए कि भोले की 1 करोड़ की लाटरी निकली है जिस दी खुशी विच भोला अते उसदे परिवार मैंबर ढोल दे डगे ते नचदे दिखाई दे रहे ने अते सैकड़े लोग भोले दे घर उस नूं वधाई देण पुजे ने। तस्वीरां च तुसीं देख सकदे हो कि लोकां दे वल्लों भोले अते उसदी माता दे गल विच हार पा के उस नूं वधाई दित्ती जा रही है अते नाल ही लड्डूआं दे नाल मूँह मिठे भी करवाए जा रहे ने। आओ हुण सुणदे हां भोले दा इस बारे की कहना है। हां वधिया खुशी महसूस हो रही है। ਇਹ ਲਾਟਰੀ ਤੁਸੀਂ ਕਿੱਥੋਂ ਖਰੀਦੀ ਤੇ ਕਿੰਨੇ ਰੁਪਏ ਸੈਂਟਰ ਸਦੂਗੜ ਹਾਂ ਕਿੰਨੇ ਰੁਪਏ ਦੀ ਖਰੀਦੀ ਸੀਗੀ 100 ਟਿਕਟ 600 ਰੁਪਏ ਦੀ ਇਕੱਠੀ ਖਰੀਦੀ ਤੇ ਇਹ ਜਿਹੜਾ ਤੁਹਾਨੂੰ ਪੈਸਾ ਮਿਲੇਗਾ ਇਸ ਦਾ ਤੁਸੀਂ ਕੀ ਕਰੋਗੇ? ਇਹਦੇ ਨਾਲ ਕੁੜੀਆਂ ਦੇ ਵਿਆਹ ਕੀਤੇ ਜਾਣਗੇ, ਮੁੰਡੇ ਦੋ ਵਿਆਹ ਕੀਤੇ ਜਾਣਗੇ, ਲੰਗਰ ਲਾਏ ਜਾਣਗੇ। ਪਹਿਲੇ ਘਰ ਦੀ ਤੁਹਾਡੀ ਕਿੱਦਾਂ ਦੀ ਸਥਿਤੀ ਸੀਗੀ? ਪਹਿਲਾਂ ਘਰ ਅੱਧ ਵਿਚਾਲੇ ਖੜਾ ਸੀ, ਅੱਧਾ ਕੱਚਾ ਅੱਧਾ ਪੱਕਾ, ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਹਾਂ ਪਰਮਾਤਮਾ ਦੀ ਕਿਰਪਾ ਹੈ। ਸਦੂਲਗੜ ਦੇ ਵਿੱਚ ਅੱਜ ਗੋਰੋ ਲਾਟਰੀ ਸੈਂਟਰ ਤੋਂ ਭੋਲਾ ਰਾਮ ਨੇ ਲਾਟਰੀ ਖਰੀਦੀ ਜੀ 6 ਰੁਪਏ ਵਾਲੀ ਟਿਕਟ ਜਿਹਦੇ ਵਿੱਚ ਫਸਟ ਪ੍ਰਾਈਜ 1 ਕਰੋੜ ਦਾ ਲੱਗਿਆ। ਅਸੀਂ ਤਾਂ ਸਦੂਲਗੜ ਦੇ ਵਾਲਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ, ਨਾਲ ਭੋਲਾ ਰਾਮ ਨੂੰ ਲੱਖ ਲੱਖ ਵਧਾਈ। ਪਰਮਾਤਮਾ ਇਸੇ ਤਰ੍ਹਾਂ ਸਾਰਿਆਂ ਨੂੰ ਵਧਾਵੇ ਜੀ। ਇਹ ਕਿੰਨੇ ਰੁਪਏ ਵਾਲੀ ਲਾਟਰੀ ਸੀ? ਇਹ 6 ਰੁਪਏ ਦੀ ਟਿਕਟ ਹੈ ਮਾਤਰ। ਕਈ ਲੋਕ ਵੈਸੇ ਵੀ ਕਹਿ ਦਿੰਦੇ ਨੇ ਲਾਟਰੀਆਂ ਆਉਂਦੀਆਂ ਨੀਗੀਆਂ, ਪਰ ਇਹੋ ਜਿਹੀ ਗੱਲ ਨਹੀਂ। ਕਦੇ ਕਦੇ ਬੰਦੇ ਨੂੰ ਕਿਸਮਤ ਅਜਮਾਉਣੀ ਚਾਹੀਦੀ ਹੈ। ਲਾਟਰੀ ਆ ਜਾਣਾ ਸੁਭਾਵਿਕ, ਪਰਮਾਤਮਾ ਦੀ ਦਇਆ ਮਿਹਰ ਦੇ ਨਾਲ ਹੁੰਦੇ ਆ। ਜਦੋਂ ਸਤਿਗੁਰੂ ਦਇਆ ਮਿਹਰ ਕਰਦਾ ਉਦੋਂ ਲਾਟਰੀ ਨਿਕਲਦੀ ਹੈ। ਕਹਿੰਦੇ ਰੱਬ ਕਦੋਂ ਕਿਸੇ 'ਤੇ ਮਿਹਰਬਾਨ ਹੋ ਜਾਵੇ ਕੁਝ ਪਤਾ ਨਹੀਂ ਚੱਲਦਾ। ਇਸੇ ਕਰਕੇ ਗਰੀਬੀ 'ਚ ਕਦੇ ਵੀ ਆਪਣੇ ਹਾਲਾਤਾਂ 'ਤੇ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਅਮੀਰੀ ਦੇ ਵਿੱਚ ਪੈਸੇ ਦਾ ਹੰਕਾਰ ਕਰਨਾ ਚਾਹੀਦਾ। ਕਦੋਂ ਕੋਈ ਅਰਸ਼ਾਂ ਤੋਂ ਫਰਸ਼ਾਂ 'ਤੇ ਆ ਜਾਵੇ ਅਤੇ ਫਰਸ਼ਾਂ ਤੋਂ ਅਰਸ਼ਾਂ 'ਤੇ ਬੈਠ ਜਾਵੇ ਇਸ ਦਾ ਭੇਤ ਕਿਸੇ ਨੇ ਨਹੀਂ ਪਾਇਆ। ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।